ਰਾ ਆ ਧਮਕਾ ਕੇ ਉਹਦੀ ਵਿਜੀਲੈਂਸ ਇਨਕੁਆਰੀਜ਼ ਮਲਟੀਪਲ ਹੋ ਰਹੀਆਂ ਸੀਗੀਆਂ ਉਹਨੂੰ ਆਪਣੇ ਨਾਲ ਲਾਇਆ ਪਰ ਇਹਦੇ ਸਭ ਤੋਂ ਇੰਪੋਰਟੈਂਟ ਸੁਨੇਹਾ ਜਿਹੜਾ ਅਗਰ ਤੁਸੀਂ ক্লোਜ਼ਲੀ ਵਾਚ ਕਰੋਗੇ ਤਾਂ ਇਹ ਭਗਵੰਤ ਮਾਨ ਦੀ ਘਬਰਾਹਟ ਹੈ ਤੁਸੀਂ ਕਾਂਗਰਸ ਤੋਂ ਤੇ ਖੈਰੇ ਤੋਂ ਇੰਨੇ ਘਬਰਾ ਗਏ ਹੋ ਕਿ ਤੁਸੀਂ ਹਰ ਇੱਕ ਤੇ ਮਿੰਟ ਕੱਢਣ ਨੂੰ ਤਿਆਰ ਹੈ ਮੈਂ ਉਸ ਪਰਮਾਤਮਾ ਵਾਹਿਗੁਰੂ ਨੂੰ ਹਜ਼ਰ ਨਾਜ਼ਰ ਮੰਨ ਕੇ ਕਹਿੰਦਾ ਅਸੀਂ ਜਿੱਤਾਂਗੇ ਕਿਉਂਕਿ ਮੈਨੂੰ ਵਾਈਟ ਸਪਰੈਡ ਸਪੋਰਟ ਹੈ ਇਹਨੇ ਆਪਣਾ ਪੋਲੀਟੀਕਲ ਕੈਰੀਅਰ ਖਰਾਬ ਕਰ ਲਿਆ ਉਦੋਂ ਰਾਜਾ ਬੜਿੰਗ ਬਾਜਪਾ ਸਾਹਿਬ ਪਹਿਲੀ ਸੈਟਿੰਗ ਕਰਕੇ ਆਏ ਸੀ ਵੀ ਮੈਂ ਤਾਂ ਇਹ ਸੰਗਰੂਰ ਦੀ ਸੀਟ ਚਾਹੀਦੀ ਉਹ ਚਾਹੀਦੀ ਆ ਨਹੀਂ ਦੇਖੋ ਇਹ ਸੰਗਰੂਰ ਦੀ ਸੀਟ ਕਿਹੜੇ ਆਧਾਰ ਤੇ ਮੰਗ ਰਿਆ ਸੀਗਾ ਇਹ ਅਸੈਂਬਲੀ ਹਾਰਿਆ ਬਹੁਤ ਬੁਰੀ ਤਰ੍ਹਾਂ ਨਾਲ ਅਗਰ ਇਹਨੀਆਂ ਕਮੇਟੀਆਂ ਦੇ ਜਾਂ ਤੋਂ ਬਾਅਦ ਸੀਟ ਮਿਲਦੀ ਆ ਫਿਰ ਦਲਬੀਰ ਗੋਲਡੀ ਕਹਿੰਦੇ ਮੈਨੂੰ ਪਹਿਲਾਂ ਹੀ ਫਿਕਸ ਕੀਤਾ ਹੋਇਆ ਸੀ 2024 ਚ ਤੂੰ ਹੀ ਫਾਈਨਲ ਆ ਨਹੀਂ ਕਿਉਂ ਇਹ ਕੋਈ ਮਤਲਬ ਗੋਲਡੀ ਪਾਰਟੀ ਨਾਲ ਵੱਡਾ ਵਾ ਸੰਗਰੂਰ ਤੋਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਸੀਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ ਦਲਬੀਰ ਗੋਲਡੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸੰਗਰੂਰ ਤੋਂ ਲੋਕ ਸਭਾ ਦੇ ਉਮੀਦਵਾਰ ਤੇ ਕਾਂਗਰਸ ਦੇ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਨੇ ਖਹਿਰਾ ਸਾਹਿਬ ਕਿਵੇਂ ਦੇਖਦੇ ਹੋ ਨਾਰਾਜ਼ਗੀ ਚੱਲ ਰਹੀ ਸੀ ਦਲਬੀਰ ਗੋਲਡੀ ਦੀ ਪਰ ਹੁਣ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚਲੇ ਗਏ ਨੇ ਨਹੀਂ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਜਿਹੜੀ ਜੁਆਇਨਿੰਗ ਹੋਈ ਨਾ ਇੱਕ ਤੇ ਬਹੁਤ ਇੱਕ ਇਸੇਰੇ ਦਾ ਆਪਰਚੂਨਿਜ਼ਮ ਆ ਔਰ ਇੱਕ ਧੋਖਾ ਧੜੀ ਦੀ ਪੋਲਿਟਿਕਸ ਆ ਔਰ ਤੀਸਰਾ ਇਹਦੇ ਵਿੱਚ ਐਂਗਲ ਹੈਗਾ ਕਿ ਗੋਲਡੀ ਨੂੰ ਡਰਾ ਧਮਕਾ ਕੇ ਉਹਦੀ ਵਿਜੀਲੈਂਸ ਇਨਕੁਆਰੀਜ਼ ਮਲਟੀਪਲ ਹੋ ਰਹੀਆਂ ਸੀਗੀਆਂ ਉਹਨੂੰ ਆਪਣੇ ਨਾਲ ਲਾਇਆ ਪਰ ਇਹਦੇ ਸਭ ਤੋਂ ਇੰਪੋਰਟੈਂਟ ਸੁਨੇਹਾ ਜਿਹੜਾ ਅਗਰ ਤੁਸੀਂ ক্লোਜ਼ਲੀ ਵਾਚ ਕਰੋਗੇ ਤੇ ਇਹ ਭਗਵੰਤ ਮਾਨ ਦੀ ਘਬਰਾਹਟ ਹੈ ਜਿਹੜਾ ਚੀਫ ਮਿਨਿਸਟਰ ਕਹਿ ਰਿਹਾ ਵਾ ਕਿ ਮੈਂ 13 ਸੀਟਾਂ ਜਿੱਤਨੀ ਆ ਤੇ ਉਹ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਕਹਿ ਰਿਹਾ ਕਿ ਸਾਡਾ ਤਾਂ ਕੋਈ ਮੁਕਾਬਲਾ ਨਹੀਂਗਾ ਫਿਰ ਆਪਣੇ ਹੋਮ ਡਿਸਟ੍ਰਿਕਟ ਵਿੱਚ ਆਪਣੀ ਹੋਮ ਸੀਟ ਧੂਰੀ ਤੇ ਜਿਹੜਾ ਉਹਦਾ ਕੱਟੜ ਆਪੋਨੈਂਟ ਹੈ ਤੁਸੀਂ ਉਹਨੂੰ ਆਪਣੇ ਨਾਲ ਜੁਆਇਨ ਕਰਵਾ ਰਹੇ ਆ ਤੇ ਇਹਦਾ ਮਤਲਬ ਹੈ ਕਿ ਤੁਸੀਂ ਬਹੁਤ ਘਬਰਾਏ ਹੋ ਤੁਸੀਂ ਕਾਂਗਰਸ ਤੋਂ ਤੇ ਖੈਰੇ ਤੋਂ ਇੰਨੇ ਘਬਰਾ ਗਏ ਹੋ ਕਿ ਤੁਸੀਂ ਹਰ ਇੱਕ ਤੇ ਮਿੰਟ ਕੱਢਣ ਨੂੰ ਤਿਆਰ ਹੈ ਔਰ ਦੂਸਰਾ ਕਿ ਜਿਹੜਾ ਮੈਂ ਪਹਿਨ ਕਹਾ ਕਿ 골ਡੀ ਦੇ ਖਿਲਾਫ ਇੱਕ ਦੇ ਜਿਹੜੇ ਜਿਮ ਵਗੈਰਾ ਇਹਨੇ ਪਿੰਡਾਂ ਤੋਂ ਆਏ ਸੋ ਉਹਦੀ ਵਿਜੀਲੈਂਸ ਇਨਕੁਆਰੀ 40 50 ਸਰਪੰਚਾਂ ਦੀ ਸਟੇਟਮੈਂਟ ਰਿਕਾਰਡ ਹੋ ਚੁੱਕੀ ਹੈ ਦੂਸਰਾ ਹੈਗਾ ਇਹਦਾ ਜਿਹੜਾ ਟਾਈਲਾਂ ਦੀ ਫੈਕਟਰੀ ਲਾਈ ਸੀ ਸਾਰੇ ਇੰਟਰਲੋਕਿੰਗ ਟਾਈਲਸ ਪਿੰਡਾਂ ਤੱਕੇ ਨਾਲ ਦਵਾਇਆ ਸੋ ਇਹਨੇ ਉਹਨੂੰ ਪ੍ਰੈਸ਼ਰ ਦਵਾ ਜਿੱਦਾਂ ਚੱਬੇ ਵਾਲਾ ਨਾ ਹੋਇਆ ਰਾਜਕੁਮਾਰ ਨਾਲ ਦੋ ਦਿਨ ਪਹਿਲਾਂ ਕਰਜ਼ੇ ਦੀ ਪੰਡ ਚੱਕ ਕੇ ਆਏ ਸਿੰਗਲ ਪਾਕ ਕੇ ਆਏ ਤੇ ਤੀਜੇ ਦਿਨ ਆਮ ਆਦਮੀ ਪਾਰਟੀ ਚਲੇ ਗਏ ਇਹ ਵੀ ਦੋ ਦਿਨ ਮੈਨੂੰ ਬੁਲਾਇਆ ਵਾ ਆਪਣੇ ਵਰਕਰਸ ਦੇ ਸਾਹਮਣੇ ਮੇਰੀਆਂ ਤਾਰੀਫਾਂ ਕੀਤੀਆਂ ਕਿ ਖੇਰਾ ਇੱਕ ਫਾਈਟਰ ਆ ਤੇ ਆਪਾਂ ਸਾਰਿਆਂ ਨੇ ਖੇਰੇ ਦੀ ਸਪੋਰਟ ਕਰਨੀ ਹੁਣ ਇੱਕ ਇੱਕ ਡੇਢ ਦਿਨ ਵਿੱਚ ਕੀ ਫਰਕ ਪੈ ਗਿਆ ਸੀ ਸੋ ਦਿਸ ਇਜ਼ ਗ੍ਰੋਸ ਕੀ ਕਹਿੰਦੇ ਇਮੋਰੈਲਿਟੀ ਅਨੈਥੀਕਲ ਪੋਲਿਟਿਕਸ ਸਿੰਪਲ ਔਰ 골ਡ ਮੇਰਾ ਕੁਝ ਨਹੀਂ ਜਾਣਾ ਮੈਂ ਉਸ ਪਰਮਾਤਮਾ ਵਾ ਗੁਰੂ ਨੂੰ ਹਜ਼ਰ ਨਾਜ਼ਰ ਮੰਨ ਕੇ ਕਹਿੰਦਾ ਅਸੀਂ ਜਿੱਤਾਂਗੇ ਕਿਉਂਕਿ ਮੈਨੂੰ ਵਾਈਟ ਸਪਰੈਡ ਸਪੋਰਟ ਆ ਇਨੇ ਆਪਣਾ ਪੋਲੀਟੀਕਲ ਕੈਰੀਅਰ ਖਰਾਬ ਕਰ ਲਿਆ ਪਰ 골ਡੀ ਇਲਜ਼ਾਮ ਲਗਾ ਰਹੇ ਨੇ ਇਹ ਕਹਿੰਦੇ ਸਾਰੀ ਪਹਿਲਾਂ ਸੈਟਿੰਗ ਕਰੀ ਹੋਈ ਸੀ ਜਦੋਂ ਖੈਰਾ ਸਾਹਿਬ ਜੇਲ੍ਹ ਦੇ ਵਿੱਚ ਸੀ ਉਦੋਂ ਰਾਜਾ ਵੜਿੰਗ ਬਾਜਪਾ ਸਾਹਿਬ ਪਹਿਲੀ ਸੈਟਿੰਗ ਕਰਕੇ ਆਏ ਸੀ ਵੀ ਮੈਂ ਤਾਂ ਜੀ ਸੰਗਰੂਰ ਦੀ ਸੀਟ ਚਾਹੀਦੀ ਉਹ ਚਾਹੀਦੀ ਆ ਨਹੀਂ ਦੇਖੋ ਇਹ ਸੰਗਰੂਰ ਦੀ ਸੀਟ ਕਿਹੜੇ ਆਧਾਰ ਤੇ ਮੰਗ ਰਿਆ ਸੀਗਾ ਇਹ ਅਸੈਂਬਲੀ ਹਾਰਿਆ ਬਹੁਤ ਬੁਰੀ ਤਰ੍ਹਾਂ ਨਾਲ ਫਿਰ ਉਸ ਬਾਅਦ ਉਹਨਾਂ ਨੇ ਜੋ ਜੋ ਮੈਂ ਕਿਹਾ ਉਹ ਸੈਟਿੰਗ ਪਹਿਲਾਂ ਹੋਈ ਸੀ ਪਹਿਲਾਂ ਉੱਥੇ ਆ ਰਿਆਂ ਇਹਨੂੰ ਟਿਕਟ ਦਿੱਤੀ ਉਹਨਾਂ ਨੇ ਪਾਰਲੀਮੈਂਟ ਦੀ ਇਹਨੂੰ ਸਿਰਫ 75000 ਵੋਟ ਪਈ ਕਾਂਗਰਸ ਦਾ ਪੁਖਤਾ ਕੇਡਰ ਸਵਾ ਦੋ ਲੱਖ ਦਾ ਇਹਨੂੰ ਇਹਨੂੰ ਕਾਂਗਰਸ ਦੇ ਕੇਡਰ ਨੇ ਨਹੀਂ ਵੋਟ ਪਾਈ ਫਿਰ ਉਸ ਤੋਂ ਅੱਗੇ ਆਜੋ ਤੁਸੀਂ ਕਿ ਸੈਟਿੰਗ ਦੀ ਗੱਲ ਕਰਦੇ ਕੋਈ ਸੈਟਿੰਗ ਨਹੀਂ ਜੇਲ੍ਹ ਚੋਂ ਦਾ ਮੈਨੂੰ ਮਿਲਣਾ ਆਏ ਸੀਗੇ ਸਾਰੇ ਲੀਡਰ ਕਹਿੰਦੇ ਸੀਗੇ ਕਿ ਐਤ ਕੀ ਕਿਉਂਕਿ ਭਗਵੰਤ ਨੇ ਤੇਰੇ ਨਾਲ ਬੜੀ ਜ਼ਿਆਦਤੀ ਕੀਤੀ ਹੈ ਤੇ ਅਸੀਂ ਚਾਹਾਂਗੇ ਤੂੰ ਸੰਗਰੂਰ ਲੜ ਉਦੋਂ ਫਾਈਨਲ ਥੋੜੋ ਸੀਟ ਹੁੰਦੀ ਕੋਈ ਸਾਡਾ ਇੱਕ ਪ੍ਰਕਿਰਿਆ ਵਾ ਜਦੋਂ ਥੱਲੇੋਂ ਇੱਕ ਤੁਹਾਡੀ ਸਟੇਟ ਆ ਇਲੈਕਸ਼ਨ ਕਮੇਟੀ ਆ ਉਹ ਨਾਮ ਭੇਜਦੀ ਫਿਰ ਸਕ੍ਰੀਨਿੰਗ ਕਮੇਟੀ ਆ ਫਿਰ ਸੈਂਟਰਲ ਇਲੈਕਸ਼ਨ ਕਮੇਟੀ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਮੇਰਾ ਕੱਲੇ ਦਾ ਨਾਮ ਹੀ ਗਿਆ ਇਹਨਾਂ ਦਾ ਨਾਮ ਹੀ ਨਹੀਂ ਗਿਆ ਇਹਦਾ ਅਗਰ ਇਹਨੀਆਂ ਕਮੇਟੀਆਂ ਦੇ ਜਾਂ ਤੋਂ ਬਾਅਦ ਸੀਟ ਮਿਲਦੀ ਹੈ ਫਿਰ ਦਲਬੀਰ ਗੋਲਡੀ ਕਹਿੰਦੇ ਮੈਨੂੰ ਪਹਿਲਾਂ ਹੀ ਫਿਕਸ ਕੀਤਾ ਹੋਇਆ ਸੀ 2024 ਚ ਤੂੰ ਹੀ ਫਾਈਨਲ ਆ ਨਹੀਂ ਕਿਉਂ ਇਹ ਕੋਈ ਮਤਲਬ ਗੋਲਡੀ ਪਾਰਟੀ ਨਾਲ ਵੱਡਾ ਵਾ 35 ਸਾਲ ਦੀ ਉਮਰ ਚ ਐਮਐਲਏ ਬਣ ਗਿਆ ਇਹਨੂੰ ਕੋਈ ਮਤਲਬ ਇਸ ਗੱਲ ਦੀ ਤਸੱਲੀ ਨਹੀਂ ਹੈ ਕਿੰਨੇ ਲੋਕ ਨੇ ਜਿਹੜੀਆਂ ਸਾਰੀਆਂ ਉਮਰਾਂ ਨੰਗ ਜਾਂਦੀਆਂ ਉਹ ਐਮਐਲਏ ਨਹੀਂ ਬਣ ਸਕਦੇ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਦੇਖੋ ਇਹ ਤਾਂ ਐਂ ਗਿਲਾ ਕਰ ਰਿਹਾ ਜਿੱਦਾਂ ਇਹ ਤਿੰਨ ਵਾਰੀ ਐਮਪੀ ਰਹਿ ਗਿਆ ਸੀਗਾ ਤੇ 2-2 ਲੱਖ ਤੇ ਜਿੱਤਦਾ ਸੀਗਾ ਤੇ ਐਤਕੀ ਦੀ ਟਿਕਟ ਖੋਲੀ ਕਿਹੜੀ ਟਿਕਟ ਖੋਈ ਇਹਦੀ 75 ਹਜ਼ਾਰ ਵਾਲੀ ਇਹਦੀ ਕੱਟੀ ਆ ਟਿਕਟ ਇੱਕ ਲਾਸਟ ਗੱਲ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਦੇਖੋ ਜੀ ਭਗਵੰਤ ਮਾਨ ਦੇ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਸੀ ਸ਼ਾਇਦ ਕੋਈ ਮੇਵਾ ਸਿੰਘ ਸਿਗਾ ਉਹਨੇ ਨਾ ਇਹਦੀ ਜਿਮਨੀ ਚੋਂ ਚ ਇਹਦੀ ਵਾਈਫ ਜਿਹੜੀ ਸਿਮਰਤ ਕੌਰ ਆ ਉਹਦੇ ਪਿੱਛੋਂ ਇੱਕ ਪਿੱਛੇ ਇੱਕ ਛੋਟਾ ਹਾਥੀ ਲਾ ਰੱਖਿਆ ਹੌਰਨ ਬਨ ਕੇ ਕਾਫੀ ਵਾਇਰਲ ਹੋਇਆ ਸੀ ਹਾਂ ਉਹਨੂੰ ਤੰਗ ਬਹੁਤ ਕਰਦਾ ਸੀਗਾ ਜਿੱਥੇ ਜਾਂਦੀ ਸੀ ਵਿਚਾਰੀ ਉਹਦੇ ਤੰਗ ਇਹ ਝਾੜੂ ਵਾਲੇ ਤੇ ਉਹਦੇ ਤੋਂ ਬਾਅਦ ਉਹਨੂੰ ਮਤਲਬ ਭਗਵੰਤ ਮਾਨ ਵੀ ਕਿੱਡਾ ਕਿਸ ਕਿੰਨੇ ਛੋਟੇ ਲੈਵਲ ਦਾ ਚੀਫ ਮਿਨਿਸਟਰ ਆ ਉਸ ਬੰਦੇ ਬੇਫਕੂਫ ਨੂੰ ਸਟੇਜ ਤੇ ਖੜਾ ਕਰਕੇ ਤੇ ਮੋਟਰਸਾਈਕਲ ਦੇ ਕੇ ਤੇ ਉਹਨੂੰ ਜਿਹੜਾ ਸੀਗਾ ਓਨਰ ਕੀਤਾ ਗਿਆ ਜਿਹੜਾ ਆਦਮੀ ਔਰਤਾਂ ਨੂੰ ਤੰਗ ਕਰਦਾ ਔਰ ਕਹਿੰਦਾ ਸੀ ਅਸੀਂ 골ਡੀ ਦੀ ਘਰ ਵਾਲੀ ਦੀ ਸਪੀਡ ਚੈੱਕ ਕਰ ਰਹੇ ਹਾਂ ਸਪੀਡ ਚੈੱਕ ਕਰਨ ਵਾਲੇ ਵੀ ਜੱਫੀ ਪਾ ਗਏ ਤੇ ਜਿਨ੍ਹਾਂ ਦੀ ਚੈੱਕ ਹੋ ਰਹੀ ਸੀ ਉਹ ਵੀ ਜੱਫੀ ਪਾ ਗਏ ਇਹਦੋਂ ਜ਼ਿਆਦਾ ਮਾੜੀ ਗੱਲ ਕਿ ਹੋ ਸਕਦੀ ਔਰ ਮੈਂ ਤੁਹਾਨੂੰ ਕਹਿਣਾ ਦਾਅਵੇ ਨਾਲ ਕਹਿ ਰਿਹਾ ਕਿ ਕਾਂਗਰਸ ਦਾ ਕੇਡਰ ਜਿੱਥੇ ਧੂਰੀ ਚ ਖੜਾ ਸੀਗਾ ਉਹ ਖੜਾ ਵਾ ਤੇ ਥੋੜੀ ਬਹੁਤੀ ਵੋਟ ਸਾਨੂੰ ਵਾਧੀ ਪਵੇਗੀ ਖਰ ਸਾਹਿਬ ਜਦੋਂ ਨਾਰਾਜ਼ਗੀ ਹੋਈ ਗੋਲਡੀ ਦੇ ਤੁਹਾਨੂੰ ਅਨਾਉਂਸ ਕੀਤਾ ਤੁਸੀਂ ਘਰ ਗਏ ਰਾਜਾ ਬੜਿੰਗ ਸਾਹਿਬ ਗਏ ਬੀਬੀ ਪੱਠਲ ਵੀ ਗਏ ਬਾਹਰ ਆ ਕੇ ਤੁਹਾਡੀ ਬੰਦ ਮੀਟਿੰਗ ਹੁੰਦੀ ਹੈ ਬਾਹਰ ਆ ਕੇ ਗੋਲਡੀ ਦੇ ਵੱਲੋਂ ਨਾਰੇ ਲਾਏ ਗਏ ਸਾਰੀ ਸਹਿਮਤੀ ਹੋਈ ਹੈ ਤਾਂ ਉਸ ਤੋਂ ਬਾਅਦ ਕੀ ਗੱਲ ਹੋਈ ਹੈ ਵੀ ਦੋ ਤਿੰਨ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਤੁਸੀਂ ਤਾਂ ਮੈਂ ਕਹਿ ਰਿਹਾ ਨਾ ਜੇ ਉਹ ਕਹਿੰਦਾ ਕਿ ਪਹਿਲਾਂ ਸੈਟਿੰਗ ਹੋਈ ਹੋਈ ਸੀ ਤੇ ਫਿਰ ਮੈਨੂੰ ਆਪਣੇ ਘਰ ਬੁਲਾ ਕੇ ਆਪਣੇ ਵਰਕਰਾਂ ਦੇ ਸਾਹਮਣੇ ਨਾਰੇ ਲਾ ਕੇ ਸਪੋਰਟ ਕਿ ਆ ਦੋ ਦਿਨ ਪਹਿਲਾਂ ਮੈਨੂੰ ਖਾਣੇ ਤੇ ਬੁਲਾਇਆ ਵਾ ਫਿਰ ਫਿਰ ਸਾਰੇ ਕਾਉਂਸਲਰ ਬੁਲਾਏ ਸ਼ਹਿਰ ਦੇ ਫਿਰ ਮੇਰੇ ਨਾਲ ਪਲੈਨਿੰਗ ਕਰਦਾ ਰਿਹਾ ਤਾਂ ਮੈਂ ਇੱਕ ਸਮਝਦਾ ਕਿ ਜਿਹੜਾ ਬੰਦੇ ਦਾ ਰਾਤੋਂ ਰਾਤ ਮਨ ਬਦਲਦਾ ਨਾ ਉਹ ਤਾਂ ਐਵੇਂ ਬਹਾਨੇ ਬਣਾ ਰਿਹਾ ਕਿ ਜੀ ਪਾਰਟੀ ਨੇ ਪਹਿਲਾਂ ਕੀਤੀ ਹੋਈ ਸੈਟਿੰਗ ਜੀ ਜੇ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਕੋਈ ਸੋਚ ਕੇ ਦਿੱਤੀ ਹੋਊਗੀ ਹੁਣ ਇੱਕ ਵੱਡੇ ਲੀਡਰ ਛੋਟੇ ਲੀਡਰ ਦੀ ਗੱਲ ਕਹੀ ਯਾਰ ਇਹ ਸਾਨੂੰ ਛੋਟੇ ਲੀਡਰ ਦੱਸਿਆ ਯਾਰ ਇਹ ਆਪ ਖਹਿਰਾ ਸਾਹਿਬ ਵੱਡੇ ਲੀਡਰ ਸਮਝਦਾ ਕਦੀ ਕਿਹਾ ਹੀ ਨਹੀਂ ਜੀ ਆਪਣੇ ਮੂੰਹ ਮੈਂ ਤਾਂ ਮੈਂ ਤਾਂ ਸਭ ਤੋਂ ਛੋਟਾ ਲੀਡਰ ਆ ਸਭ ਤੋਂ ਜ਼ਿਆਦਾ ਲਤਾੜਿਆ ਹੋਇਆ 16 17 ਮੁਕਦਮੇ ਮੇਰੇ ਖਿਲਾਫ ਦਰਜ ਹੋਏ ਨੇ ਚਾਰ ਸਰਕਾਰਾਂ ਨੇ ਮੈਨੂੰ ਵਿਕਟਿਮਾਈਜ਼ ਕੀਤਾ ਭਗਵੰਤ ਮਾਨ ਨੇ ਫੜ ਕੇ ਮੈਨੂੰ ਪੰਜ ਪਰਚਿਆਂ ਚ ਜਦੋਂ ਤਿੰਨ ਪਰਚਿਆਂ ਚ ਨਹੀਂ ਕ ਮੈਨੂੰ ਫੜ ਸਕੇ ਫੇ ਇੱਕ ਐਨਡੀਪੀਐਸ ਦਾ ਕੇਸ ਪਾਇਆ ਇੱਕ ਕੇਸ ਹੋਰ ਪਾਇਆ ਪੰਜ ਮੁਕਦਮਿਆਂ ਚ ਮੈਨੂੰ ਜੇਲ੍ਹ ਭੇਜਿਆ ਹੋਰ ਮੈਂ ਹੋਰ ਕੀ ਕਹਿ ਸਕਦਾ ਸੋ ਮੈਂ ਸਟਰਗਲ ਕੀਤਾ ਪੰਜਾਬ ਲਈ ਇੱਥੇ ਛੋਟੇ ਵੱਡੇ ਦੀ ਗੱਲ ਨਹੀਂ ਐ ਸਿਰਫ ਕਹਿਣ ਨੂੰ ਗੱਲਾਂ ਹੁੰਦੀਆਂ ਗੋਲਡੀ ਨੂੰ ਗੋਲਡੀ ਨੇ ਜੋ ਕਦਮ ਚੱਕਿਆ ਵਾ ਆਉਣ ਵਾਲੇ ਦਿਨਾਂ ਚ ਇਹਨੂੰ ਆਪਣੇ ਆਪ ਅਹਿਸਾਸ ਹੋ ਜਾਏਗਾ ਕਿ ਬਹੁਤ ਵੱਡੀ ਗਲਤੀ ਜ਼ਿੰਦਗੀ ਦੀ ਕੀਤੀ ਹੈ ਪਰ ਹੁਣ ਅਗਰ ਆਪਾਂ ਮਾਹੌਲ ਦੇਖੀਏ ਤਾਂ ਦਲਬੀਰ ਗੋਲਦੀ ਕਾਂਗਰਸ ਛੱਡ ਕੇ ਚਲੇ ਗਏ ਨੇ ਕਿਤਨਾ ਕਿਤੇ ਤੁਹਾਡੇ ਜ਼ਿਲ੍ਹੇ ਦੇ ਪ੍ਰਧਾਨ ਲਗਾਏ ਹੋਏ ਸੀ ਕਾਂਗਰਸ ਦੇ ਤਾਂ ਹੁਣ ਮੁਕਾਬਲਾ ਕਿਵੇਂ ਰਹੂਗਾ ਕਿਉਂਕਿ ਜੇ ਬਿੱਟੂ ਇੱਕ ਐਮਪੀ ਰਿਆ ਛੱਡ ਕੇ ਚਲੇ ਗਿਆ ਤੇ ਅਸੀਂ ਲੁਧਿਆਣੇ ਦੀ ਸੀਟ ਫਿਰ ਵੀ ਜਿੱਤ ਗਏ ਤੇ ਫਿਰ ਤੇ ਇੱਕ ਜ਼ਿਲ੍ਹੇ ਦਾ ਪ੍ਰਧਾਨ ਛੱਡ ਕੇ ਜਾ ਰਿਹਾ ਵਾ ਆਪਣੇ ਫਾਇਦੇ ਆਸਤੇ ਆਪਣੇ ਜਾਨ ਬਚਾਉਣ ਆਸਤੇ ਉਹਦੇ ਕੋਈ ਫਰਕ ਨਹੀਂ ਪੈਣ ਲੱਗਾ ਖੇਰਾ ਸਾਹਿਬ ਭਗਵੰਤ ਮਾਨ ਸਾਹਿਬ ਨੇ ਅੱਜ ਕਿਹਾ ਕਹਿੰਦੇ ਖੇਰਾ ਸਾਹਿਬ ਪਾਰਟੀ ਆਪਣੇ ਫੈਸਲੇ ਬਦਲ ਸਕਦੇ ਨੇ ਕਹਿੰਦੇ ਬੀਜੇਪੀ ਤੇ ਜਾ ਸਕਦੇ ਨੇ ਇੱਕ ਗੱਲ ਹੈ ਮੇਰੀ ਕੈਮਰੇ ਤੇ ਸੁਣ ਲਓ ਤੇ ਉਹਨੂੰ ਸੁਣਾ ਦਿਓ ਉਹਨੂੰ ਕਿਹਾ ਜੇ ਮੈਂ ਨਾ ਬੀਜੇਪੀ जॉइन ਕੀਤੀ ਮਾਫੀ ਮੰਗੇਗਾ ਲੋਕਾਂ ਤੋਂ ਖੇਰੇ ਤੋਂ ਮਾਫੀ ਮੰਗੇਗਾ ਤੁਹਾਨੂੰ ਕੀ ਲੱਗਦਾ ਮੈਂ ਕੋਈ ਸੁੱਕਿਆ ਹੋਇਆ ਪੱਤਾ ਦਰਖਤ ਦਾ ਜਿਹੜਾ ਮਰਜੀ ਜਿੱਧਰ ਮਰਜੀ ਹਵਾ ਨਾਲ ਚਲ ਜਾਊਗਾ ਉਹ ਬੀਜੇਪੀ ਨੇ ਤਾਂ ਮੈਨੂੰ ਵਿਕਟਿਮਾਈਜ਼ ਕੀਤਾ ਈਡੀ ਨੇ ਮੈਨੂੰ 4 ਮਹੀਨੇ ਜੇਲ੍ਹ ਸੁਟਿਆ ਮੈਂ ਉਦੋਂ ਨਹੀਂ ਉਹਨਾਂ ਦੀ ਈਨ ਮੰਨੀ ਤੇ ਇਹ ਭਗਵੰਤਾ ਰਲਿਆ ਹੋਇਆ ਬੀਜੇਪੀ ਨਾਲ ਇਹਦਾ ਜੁਆਇੰਟ ਆਪਰੇਸ਼ਨ ਹੋਇਆ ਜਦੋਂ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਪੱਛੇ ਸਾਡੇ ਨੌਜਵਾਨ ਇਹਨਾਂ ਨੇ ਕਿਹਾ ਮੰਨਿਆ ਕੇਜਰੀਵਾਲ ਕਹਿੰਦਾ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਦਿੱਲੀ ਕੋ ਮਦਦ دی ਅਗਰ ਦਿੱਲੀ ਦੁਬਾਰਾ ਮਦਦ ਮੰਗੇਗਾ ਹਮ ਦੁਬਾਰਾ ਮਦਦ ਉਸਕੋ ਦੇਂਗੇ ਅਜਿਹਾ ਕਿਸਾਨ ਕੁੱਟੇ ਗਏ ਨੇ ਸ਼ੰਭੂ ਚ ਇਹ ਭਾਜਪਾ ਨੇ ਜੁਆਇੰਟ ਆਪਰੇਸ਼ਨ ਆਇਆ ਦੱਸੋ ਮੈਨੂੰ ਕਿਹੜਾ ਐਕਸ਼ਨ ਲਿਆ ਆਏ ਨੇ ਹਰਿਆਣਾ ਪੁਲਿਸ ਦੇ ਖਿਲਾਫ ਸ਼ੁਭਕਰਨ ਮਾਰਤਾ ਪ੍ਰੀਤਪਾਲ ਚੱਕ ਕੇ ਬੋਰੀ ਚ ਲੈ ਕੇ ਕੁੱਟਿਆ ਵਾਟ ਐਕਸ਼ਨ ਹੈਜ਼ ਹੀ ਟੇਕਨ ਇਟਸ ਅ ਜੁਆਇੰਟ ਆਪਰੇਸ਼ਨ ਭਾਜਪਾ ਨੇ ਇਹ ਮਿਲਿਆ ਹੋਇਆ ਨਾ ਲਹਿਰਾ ਗਾਗਾ ਦੇ ਵਿੱਚ ਆਇਆ ਹਾਂ ਲਹਿਰਾ ਗਾਗਾ ਦੇ ਇਲਾਕਿਆਂ ਦੇ ਵਿੱਚੋਂ ਤੁਸੀਂ ਵਿਚਰ ਰਹੇ ਹੋ ਲਹਿਰਾ ਗਾਗਾ ਦੇ ਵਿੱਚ ਦਲਵੀਰ ਸਿੰਘ ਗੋਲਡੀ ਨੇ ਆਪਣਾ ਅਲੱਗ ਪ੍ਰੋਗਰਾਮ ਕਰਿਆ ਸੀ ਕਿੰਨਾ ਕੁ ਲੱਗਦਾ ਵੀ ਹਾਂ ਉਹਨੂੰ ਪੁੱਛ ਕੇ ਕੀਤਾ ਸੀਗਾ ਜੀ ਉਸ ਦਿਨ ਮੇਰੇ ਕੋਲ ਟਾਈਮ ਨਹੀਂ ਸੀਗਾ ਉਹਨੇ ਕਿਹਾ ਭਾਜੀ ਮੈਂ ਉੱਥੇ ਪ੍ਰੋਗਰਾਮ ਤੇ ਜਾਵਾਂ ਮੈਂ ਜਾ ਉਹ ਕੋਈ ਅਲੱਗ ਪ੍ਰੋਗਰਾਮ ਨਹੀਂ ਸੀ ਬੀਬੀ ਪੱਠਣ ਦੇ ਉੱਪਰ الزام ਲਗਾ ਰਹੇ ਨੇ ਕਹਿੰਦੇ ਖੈਰਾ ਸਾਹਿਬ ਨੂੰ ਬੀਬੀ ਪੱਠਣ ਲੈ ਕੇ ਆਈ ਆ ਨਹੀਂ ਉਹ ਕਿਉਂ ਨਾ ਲੈ ਕੇ ਆਵੇ ਕੀ ਉਹਨੂੰ ਅਧਿਕਾਰ ਨਹੀਂ ਉਹ ਫਾਰਮਰ ਚੀਫ ਮਿਨਿਸਟਰ ਹੈ ਪੰਜਾਬ ਦੇ ਉਹ ਆਪਣੀ ਦਿੱਲੀ ਨੂੰ ਸਹੀ ਰਾਏ ਦਿੱਤੀ ਉਹਨੇ ਉਹਨੂੰ ਦਿੱਲੀ ਨੇ ਪੁੱਛਿਆ ਹੋਊਗਾ ਬੀਬੀ ਪੱਠਲ ਨੂੰ ਉਹਨਾਂ ਨੇ ਜਿਹੜੀ رائے ਦਿੱਤੀ ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ رائے ਦਿੱਤੀ ਹੈ ਮੈਨੂੰ ਸਮਝ ਨਹੀਂ ਆ ਰਹੀ ਕਿ 75000 ਵੋਟ ਲੈ ਕੇ ਸਿਰਫ ਤੇ ਫਿਰ ਆਦਮੀ ਕਹਿ ਰਿਹਾ ਵਾ ਕਿ ਮੈਂ ਬਹੁਤ ਦਾਵੇਦਾਰ ਹਾਂ ਕਿਦਾਂ ਦਾਵੇਦਾਰ ਭਗਵੰਤਪਾਣ ਵਾਲੀ ਅਸੈਂਬਲੀ ਇਲੈਕਸ਼ਨ ਚ ਕਿੰਨੀ ਬੁਰੀ ਤਰ੍ਹਾਂ ਹਾਰ ਹੋਈ ਹੈ ਮਤਲਬ ਕੋਈ ਆਪਾਂ ਮਤਲਬ ਕੰਨਾਂ ਦੇ ਲਿਖਿਆ ਹੋਇਆ ਪੜਨ ਨੂੰ ਤਿਆਰ ਨਹੀਂ ਆਪਾਂ ਆਪਣੀ ਝੂਠੀ ਸ਼ੋਹਰਤ ਕਿਉਂ ਵੜਾ ਰਹੇ ਆ ਆਪਾਂ ਜਿਆਦਾ ਹੁੰਦਾ ਨਾ ਕਿ ਉਹਨੂੰ ਇਹ ਇਲੈਕਸ਼ਨ ਵਿੱਚ ਉਹ ਸਿਮਰਨਜੀਤ ਮਾਨ ਦੀ ਜਗ੍ਹਾ ਤੇ ਜਿੱਤਿਆ ਹੁੰਦਾ ਐਮਪੀ ਬਣ ਜਾਂਦਾ ਫਿਰ ਇਹਦੀ ਟਿਕਟ ਕੱਢਦੇ ਫੇ ਮਾੜੀ ਗੱਲ ਸੀ ਹੁਣ ਕਹਿੰਦੇ ਕਹਿੰਦੇ ਮੈਂ ਕੱਲ ਨੂੰ ਉੱਥੇ ਆਉਂਗਾ ਜੀ ਮੇਰੇ ਕੋਲ ਬਹੁਤ ਫੈਕਟ ਪਏ ਨੇ ਮੈਂ ਪਟਿਆਲ ਦੇ ਵਿੱਚ ਪਹੁੰਚੂਗਾ ਉੱਥੇ ਮੁਕਾਬਲਾ ਦੇਖਾਂਗੇ ਚਲੋ ਉਹ ਉਹਨਾਂ ਦੀ ਮਰਜ਼ੀ ਹੈ ਜੀ ਮੈਂ ਕਿਸੇ ਬਾਰੇ ਕੀ ਕਹਿਣਾ ਮੈਂ ਤਾਂ ਉਹਨੂੰ ਆਪਣੇ ਬੱਚਾ ਵਾਂਗੂ ਟ੍ਰੀਟ ਕੀਤਾ ਸੀ ਮੈਂ ਤਾਂ ਸਟੇਜ ਤੇ ਖੜ ਕੇ ਕਿਹਾ ਕਿ ਇਹ ਬੰਦਾ ਮੇਰੇ ਬੇਟੇ ਮਹਿਤਾਬ ਖੇਰੇ ਵਰਗਾ ਵਾ ਉਹਨੂੰ ਜਿੰਨੀ ਮੁੱਲ ਪਾ ਸਕਿਆ ਤਾਂ ਉਹਦੀ ਮਰਜ਼ੀ ਹੈ ਤਰਾ ਸਭ ਸੰਗਰੂਰ ਤੋਂ ਬੀਜੇਪੀ ਨੂੰ ਹਰ ਤੱਕ ਫੇਸ ਨਹੀਂ ਅਨਾਉਂਸ ਕੀਤਾ ਕਿਸ ਤਰੀਕੇ ਨਾਲ ਦੇਖਦੇ ਹਾਂ ਬੀਜੇਪੀ ਦਾ ਕਿਸ ਤਰੀਕ ਤੁਸੀਂ ਇਲਾਕੇ ਦੇ ਵਿੱਚ ਜਾ ਰਹੇ ਹੋ ਤਾਂ ਕਿਦਾਂ ਦਾ ਮੁਕਾਬਲਾ ਬੀਜੇਪੀ ਦੇ ਨਾਲ ਹੋ ਸਕਦਾ ਹੈ ਬੀਜੇਪੀ ਦਾ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਕੋਈ ਬਹੁਤਾ ਆਧਾਰ ਨਹੀਂ ਇਨ ਦਾ ਸੈਂਸ ਕਿ ਸ਼ਹਿਰਾਂ ਤੱਕ ਮਹਦੂਦ ਹੈ ਪਿੰਡਾਂ 'ਚ ਉਹਨਾਂ ਨੂੰ ਐਂਟਰੀ ਨਹੀਂ ਹੈਗੀ ਕਿਉਂਕਿ ਜੋ ਉਹਨਾਂ ਦਾ ਰਵਈਆ ਹੈ ਨਾ ਪੰਜਾਬ ਦੇ ਪ੍ਰਤੀ ਪੰਜਾਬ ਦੇ ਕਿਸਾਨਾਂ ਨੂੰ ਕੁੱਟਿਆ ਸਾਡੇ ਨੌਜਵਾਨ ਸ਼ੁਭਕਰਨ ਨੂੰ ਮਾਰਤਾ ਉਸ ਤੋਂ ਪਹਿਲਾਂ 3 ਸਾਲ ਪਹਿਲਾਂ ਅੰਦੋਲਨ ਹੋਇਆ ਉੱਥੇ 6-700 ਬੰਦਾ ਮਰ ਗਿਆ ਵਾਈ ਵੁੱਡ ਫਾਰਮਰਸ ਵਾਈ ਵੁੱਡ ਰੂਰਲ ਪੋਪੂਲੇਸ਼ਨ ਪਿੰਡਾਂ ਦੀ ਪੋਪੂਲੇਸ਼ਨ ਵੋਟ ਨਹੀਂ ਪਾਏਗੀ ਔਰ ਜੋ ਘਟਕਿੰਤੀਆਂ ਨੇ ਮਲੇਰਕੂਟਲੇ ਦੇ ਮੁਸਲਮਾਨ ਔਰ ਸਿੱਖ ਨੇ ਪੰਜਾਬ ਦੇ ਉਹਨਾਂ ਨੂੰ ਪਤਾ ਵਾ ਕਿ ਅਗਰ ਬੀਜੇਪੀ ਆ ਗਈ ਦੁਬਾਰਾ ਤਾਂ ਸਾਡੇ ਧਾਰਮਿਕ ਹਕੂਕ ਸਾਡੇ ਪਤਾ ਨਹੀਂ ਵੋਟ ਦਾ ਰਾਜ ਰਹਿਣਾ 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 ਕਿ ਨਹੀਂ ਰਹਿਣਾ ਸਾਡੇ ਮੌਲਿਕ ਅਧਿਕਾਰ ਬਚਣੇ ਕਿ ਨਹੀਂ ਬਚਣੇ ਜੀ ਅਮਰਿਤਪਾਲ ਜਿੱਥੋਂ ਖੜਾ ਹੋ ਰਿਹਾ ਉੱਥੇ ਸਿਮਰ ਰਣਜੀਤ ਸਿੰਘ ਮਾਨ ਨੇ ਆਪਣਾ ਉਮੀਦਵਾਰ ਵਾਪਸ ਲੈ ਲਿਆ ਤੁਹਾਡੀ ਵੀ ਆਈਡੈਓਲੋਜੀ ਮਿਲਦੀ ਆ ਤਾਂ ਕੀ ਲੱਗਦਾ ਵੀ ਹਾਂ ਉੱਥੇ ਤੁਹਾਨੂੰ ਵੀ ਸਪੋਰਟ ਕਰ ਦੇ ਚਾਹੀਦੀ ਮੈਂ ਕਿੱਦਾਂ ਕਰ ਸਕਦਾ ਜੀ ਮੈਂ ਕਿਹਦੀ ਇਦਾਂ ਦੀ ਗਲਤ ਗੱਲ ਕਰ ਸਕਦਾ ਮੈਂ ਇੱਕ ਪਾਰਟੀ ਦੇ ਧਾਇਰੇ ਚ ਮੈਂ ਐਨਐਸਏ ਲਾ ਕੇ ਨੌਜਵਾਨਾਂ ਨੂੰ ਬਾਹਰ ਜਾਣ ਦਾ ਵਿਰੋਧ ਕੀਤਾ ਦੈਟ ਇਜ਼ ਇਨਜਸਟਿਸ ਮੈਂ ਇਹ ਨਹੀਂ ਕਦੀ ਕਿਹਾ ਕਿ ਫਲਾਨਾ ਆਦਮੀ ਹੈਗਾ ਤੇ ਉਹ ਅਗਰ ਇਲੈਕਸ਼ਨ ਲੜੇਗਾ ਤਾਂ ਮੈਂ ਉਹਦੀ ਸਪੂਮੈਂਟ ਨਹੀਂ ਕਦੀ ਕਿਹਾ ਸੀਗਾ ਮੈਂ ਕਹਿੰਨਾ ਕਿ ਉਹਨਾਂ ਦੀ ਟ੍ਰਾਇਲ ਅੰਦਰ ਸੱਚ ਕਿਉਂ ਨਹੀਂ ਕੀਤੀ ਉਹਨੂੰ ਪੰਜਾਬ ਦੀ ਜੇਲ੍ਹ ਚ ਕਿਉਂ ਨਹੀਂ ਰੱਖਿਆ ਭਗਵਾਨ ਪਾਣੇ ਦੱਸੇ ਮੈਂ ਜਿਹੜਾ ਇੱਕ ਕਿਸੇ ਨਾ ਬੇਇਨਸਾਫੀ ਹੁੰਦੀ ਚਾਹੇ ਉਹ ਅਮਰਤਪਾਲ ਆ ਚਾਹੇ ਸਿੱਧੂ ਮੂਸੇਵਾਲਾ ਦਾ ਪਰ ਮੁੰਡਾ ਚਾਹੇ ਉਹ ਸ਼ੁਭਕਰਨ ਆ ਚਾਹੇ ਉਹ ਜਿਹੜੇ ਸਾਡੇ ਪੁਰਾਣੇ ਕਿਸਾਨ ਮਾਰੇ ਗਏ ਜਾਂ ਸੰਦੀਪ ਨੰਗਲ ਅੰਬੀਆ ਕਬੱਡੀ ਪਲੇਅਰ ਮਾਰੇ ਗਏ ਮੇਰੀ ਮੇਰੀ ਬੇਇਨਸਾਫੀ ਦੇ ਖਿਲਾਫ ਲੜਾਈ ਹੈ ਗਿਆ ਚ ਤਾਂ ਤਿਆਰੀਆਂ ਕਿਵੇਂ ਨੇ ਵਧੀਆ ਜੀ ਐਨ ਵਧੀਆ ਟਾਪ ਕਲਾਸ ਮੈਨੂੰ ਤਾਂ ਵੋਟ ਪੈਣੀ ਆ ਬਿਯੋਂਡ ਪਾਰਟੀ ਲਾਈਨਸ ਆਪ ਮੋਹਾਰੇ ਅਕਾਲੀ ਦਲ ਦੇ ਵਰਕਰਾਂ ਨੇ ਪਾਉਣੀ ਆ ਟਾੜੂ ਦੇ ਚੰਗੇ ਵਰਕਰਾਂ ਨੇ ਪਾਉਣੀ ਆ ਤੇ ਮੇਰੇ ਕਾਂਗਰਸ ਦੇ ਕੇਡਰ ਨੇ ਪੱਬਾਂ ਪਾਰ ਹੋ ਕੇ ਕੰਮ ਕਰਕੇ ਵੋਟ ਪਾਉਣੀਆਂ ਸੀ ਤਾਂ ਤੁਹਾਨੂੰ ਸੁਖਪਾਲ ਸਿੰਘ ਖੈਰਾ ਲਹਿਰਾਗਾਗਾ ਇਲਾਕੇ ਦੇ ਵਿੱਚ ਚੋਣ ਜਿਹੜੀ ਕੰਪੇਨਿੰਗ ਹੈ ਨਾਲ ਦੇ ਵੱਲੋਂ ਚੱਲੀ ਜਾ ਰਹੀ ਆ ਤੇ ਸਾਫ਼ ਤੌਰ ਤੇ ਇੱਕ ਗੱਲ ਕਹੀ ਹੈ ਕਿ ਦਲਵੀਰ ਗੋਲਡੀ ਨੇ ਆਪਣੇ ਕਰੀਅਰ ਦਾ ਸਭ ਤੋਂ ਗਲਤ ਫੈਸਲਾ ਲਿਆ ਇਹ ਸ਼ਬਦ ਸੁਖਪਾਲ ਖੈਰਾ ਦੇ ਨੇ ਬਾਕੀ ਦੇਖਣਾ ਹੋਊਗਾ ਕਿ ਸੰਗਰੂਰ ਦਾ ਜਿਹੜਾ ਚੋਣਵੀਂ ਮਾਹੌਲ ਆ ਕਿਸ ਤਰੀਕੇ ਨਾਲ ਵਗਦਾ ਦਲਵੀਰ ਗੋਲਡੀ ਦੇ ਜਾਣ ਦੇ ਨਾਲ ਕਾਂਗਰਸ ਪਾਰਟੀ ਨੂੰ ਕਿੰਨਾ ਕੁ ਫਰਕ ਪੈਂਦਾ ਚਾ ਰਣਜੀਵ ਕੌਸ਼ਲ ਸੰਗਰੂਰ ਤੋਂ ਨਿਊਜ਼ ਰਿਟਰਨ ਪੰਜਾਬ